प्रवचन सुनने वास्ते आयो आज भी इन्हां दे वचन सुनने वास्ते आया आपा महापुरुषां तों मनो सत्संग दा आनंद माणना बला फतेह वाहिगुरु जी का खालसा
दिंदौत वंदन अंकवा सर्व कला समरथ डोलन ते रखो प्रभु नानक देकर हथ। एक गुरसिख रोज अरदास करदे सचे पातशाह हाथ दे के रखियो किते सी डोल ना जाइए। कई बारी बंदे दे मन विच भरम पै जांदा है, भुलेखा पै जांदा है वी मैं अमृत छक लिया, मैं सवेरे उठ के गुरुद्वारे जाना, मैं पांच बाणियां दा नितनेम करना ते हुण ते मैं पूरा हो गया। आखो सतनाम। ਉਹ ਕਹਿੰਦਾ ਹੁਣ ਤੇ ਮੈਂ ਪੂਰਾ ਹੋ ਗਿਆ, ਪਰ ਸਤਿਗੁਰੂ ਜੀ ਜਾਚ ਸਿਖਾ ਰਹੇ ਨੇ, ਸਿੱਖਾਂ ਕਦੀ ਮਾਨ ਨਾ ਕਰੀ, ਕਦੀ ਹੰਕਾਰ ਨਾ ਕਰੀ ਵੀ ਮੈਂ ਪੂਰਾ ਹੋ ਗਿਆ। ਪੂਰਾ ਤੇ ਉਹ ਪਰਮੇਸ਼ਰ ਹੀ ਹੈ। ਤੂੰ ਤੇ ਜਿੰਨਾ ਚਿਰ ਤੇਰੇ ਸਰੀਰ ਵਿੱਚ ਸਵਾਸ ਨੇ ਉਹਨਾਂ ਚਿਰ ਇਹੀ ਆਖੀ ਸੱਚੇ ਪਾਤਸ਼ਾਹ ਮੇਰੇ ਵਿੱਚ ਪੂਰਾ ਹੋਣ ਦੀ ਕੋਈ ਸਮਰੱਥਾ ਨਹੀਂ, ਤੁਸੀਂ ਕਿਰਪਾ ਕਰਕੇ ਡੋਲਣ ਤੋਂ ਮੈਨੂੰ ਬਚਾ ਲਿਓ। ਇਹ ਅਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਡੋਲਨ ਤੇ ਰੱਖ। ਇਹ ਸੱਚੇ ਪਾਤਸ਼ਾਹ ਬੜੇ ਉਗਨ ਨੇ, ਬੜੀਆਂ ਗਲਤੀਆਂ ਨੇ, ਬੜੀਆਂ ਭੁੱਲਾਂ ਨੇ, ਬੜੇ ਪਾਪ ਕਰਨੇ ਆ, ਬੜੇ ਝੂਠ ਬੋਲਨੇ ਆ, ਔਗਣ ਹਾਰੇ ਆ, ਖਿਲ ਖਿਲ ਭੁੱਲਣ ਹਾਰ। ਦਿਨ ਰਾਤ ਇਹ ਅਰਦਾਸ। ਤੇ ਜਿਹੜੇ ਦਿਨ ਮਨ ਵਿੱਚ ਇਹ ਆ ਗਿਆ ਵੀ ਮੈਂ ਬੜਾ ਚੰਗਾ, ਮੈਨੂੰ ਕੀ ਲੋੜ ਹੈ, ਮੈਂ ਕਿਹੜਾ ਕੋਈ ਗਲਤੀ ਕੀਤੀ, ਮੈਂ ਕਿਹੜਾ ਕੋਈ ਭੁੱਲ ਕੀਤੀ, ਮੈਂ ਬਖਸ਼ਾਵਾਂ ਤਾਂ ਜੇ ਮੈਂ ਕੋਈ ਗਲਤੀ ਕਰਾਂ। ਪਰ ਸਿੱਖ ਤੇ ਸਦਾ ਹੀ ਭੁੱਲਣ ਹਾਰ। ਸੱਚੇ ਪਾਤਸ਼ਾਹ ਸੇਵਕ ਉਹ ਤੇ ਹੀ ਕਹਿੰਦਾ ਮਹਾਰਾਜ ਮੈਂ ਤੇ ਸਦਾ ਹੀ ਭੁੱਲਣ ਹਾਰ ਹਾਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਦਾ। ਜੇ ਭੁੱਲਾਂ ਨਹੀਂ ਕਰਦਾ ਤੇ ਉਹ ਅਕਾਲ ਪੁਰਖ ਪਰਮੇਸ਼ਰ ਗੁਰੂ ਨਹੀਂ ਭੁੱਲਦਾ, ਨਹੀਂ ਤੇ ਜੀਵ ਤੇ ਸਦਾ ਹੀ ਭੁੱਲਣ ਹਾਰ। ਤੇ ਦਿਨ ਔਰ ਰਾਤ ਇਹੀ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਸਦਾ ਹੀ ਭੁੱਲਣ ਹਾਰ, ਬੜੇ ਪਾਪ ਕਰਨੇ, ਬੜੀਆਂ ਗਲਤੀਆਂ ਨੇ ਸਾਡੀਆਂ, ਅੱਜ ਸੰਸਾਰ ਵਿੱਚ ਵਿਚਰਦੇ ਹੋ ਵੇਖਨੇ ਆ। ਬੰਦਾ ਕਹਿੰਦਾ ਮੈਂ ਝੂਠ ਨਾ ਬੋਲਾਂ ਤੇ ਮੇਰਾ ਕੰਮ ਨਹੀਂ ਚੱਲਦਾ, ਮੈਂ ਨੌਕਰੀ ਕਰਨਾ, ਮੈਂ ਦੁਕਾਨਦਾਰੀ ਕਰਨਾ, ਮੈਂ ਆਪਣਾ ਬਿਜ਼ਨਸ ਕੀਤਾ ਹੋਇਆ, ਪਰ ਕੁਛ ਨਾ ਕੁਛ ਝੂਠ ਮਾਰਨਾ ਪੈਂਦਾ, ਝੂਠ ਬੋਲਣਾ ਪੈਂਦਾ, ਨਾ ਬੋਲੀਏ ਤੇ ਸਾਡਾ ਕੰਮ ਨਹੀਂ ਚੱਲਦਾ। ਵੇਖਿਆ ਜਾਏ ਤੇ ਕੋਈ ਨਾ ਕੋਈ ਔਗਣ ਜ਼ਰੂਰ ਸਾਡੇ ਅੰਦਰ ਛੁਪਿਆ ਹੋਇਆ। ਤੇ ਕਦੀ ਵੀ ਜਿਹੜਾ ਬੰਦਾ ਕਹਿ ਰਿਹਾ ਵੀ ਮੈਂ ਪੂਰਾ ਹੋ ਗਿਆ ਜਾਂ ਮੈਂ ਪੂਰਾ ਗੁਰਸਿੱਖ ਬਣ ਗਿਆ ਤੇ ਸਮਝ ਲਓ ਅਧੂਰਾ ਹੀ, ਉਹਦੇ ਪੱਲੇ ਕੱਖ। ਸਦਾ ਅਰਦਾਸ ਕਰਨੀ ਸੱਚੇ ਪਾਤਸ਼ਾਹ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਸੱਚੇ ਪਾਤਸ਼ਾਹ ਜਿਵੇਂ ਸਮੁੰਦਰ ਦੇ ਵਿੱਚ ਕਿੰਨਾ ਪਾਣੀ ਹੈ, ਹੁਣ ਆਮ ਨਹਿਰਾਂ ਚੱਲਦੀਆਂ ਨੇ ਆਪਣੇ ਭਾਗ ਦਾ ਚੱਲਦੀ, ਉਹਦੀ ਗਿਣਤੀ ਮਿਣਤੀ ਕਰ ਸਕਦੇ ਆਪਾਂ ਵੀ ਇੰਨੀ ਕੁ ਲੰਮੀ ਹੈ, ਇੰਨੀ ਕੁ ਚੌੜੀ, ਇੰਨੀ ਕੁ ਡੂੰਗੀ। ਨਦੀਆਂ ਨਾਲੇ ਗਿਣੇ ਮਿਣੇ ਜਾ ਸਕਦੇ ਨੇ, ਪਰ ਜਿਹੜਾ ਸਮੁੰਦਰ ਹੈ ਨਾ ਉਹ ਸਮੁੰਦਰ ਨੂੰ ਕੋਈ ਵੀ ਗਿਣ ਮਿਣ ਨਹੀਂ ਸਕਿਆ ਵੀ ਉਹ ਕਿੰਨਾ ਕੁ ਲੰਬਾ ਹੈ, ਕਿੰਨਾ ਕੁ ਚੌੜਾ ਹੈ ਤੇ ਕਿੰਨਾ ਕੁ ਡੂੰਗਾ ਹੈ, ਉਹਦੀ ਗਿਣਤੀ ਮਿਣਤੀ ਕੋਈ ਨਹੀਂ। ਤੇ ਇਸੇ ਤਰ੍ਹਾਂ ਸਤਿਗੁਰੂ ਜੀ ਸਾਨੂੰ ਅਰਦਾਸ ਕਰਨੀ ਸਿਖਾ ਰਹੇ ਨੇ ਵੀ ਸਿੱਖਾ ਰੋਜ ਅਰਦਾਸ ਕਰੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਜਿਵੇਂ ਸਮੁੰਦਰ ਦਾ ਪਾਣੀ ਗਿਣਿਆ ਮਿਣਿਆ ਤੋਲਿਆ ਨਹੀਂ ਜਾ ਸਕਦਾ, ਕੋਈ ਗਿਣਤੀ ਮਿਣਤੀ ਨਹੀਂ ਕਿੰਨੇ ਕੁ ਲੀਟਰ ਉਹਦੇ ਚ ਪਾਣੀ ਹੈ, ਇਸੇ ਤਰ੍ਹਾਂ ਆਖੀ ਸੱਚੇ ਪਾਤਸ਼ਾਹ ਜਿਵੇਂ ਸਮੁੰਦਰ ਦਾ ਪਾਣੀ ਨਹੀਂ ਨਾ ਗਿਣਿਆ ਮਿਣਿਆ ਜਾ ਸਕਦਾ, ਇਵੇਂ ਜਿਵੇਂ ਮੇਰੇ ਔਗਣ ਵੀ ਨਹੀਂ ਗਿਣੇ ਮਿਣੇ ਜਾ ਸਕਦੇ। ਦਇਆ ਕਰੋ ਕਿਸ ਮਿਹਰ ਅਭਾਵ ਹੋ, ਤੁਸੀਂ ਦਇਆ ਕਰੋ, ਕੋਈ ਮਿਹਰ ਦੀ ਨਜ਼ਰ ਪਾਓ, ਡੁੱਬਦੇ ਪੱਥਰ ਤਾਰੇ, ਵੱਡੇ ਵੱਡਿਆਂ ਨੂੰ ਤੁਸੀਂ ਤਾਰਿਆ, ਅਜਾਮਲ ਵਰਗਿਆਂ ਨੂੰ ਤਾਰਿਆ, ਗਨਕਾ ਪਾਪਣ ਵਰਗੀਆਂ ਤਰ ਗਈਆਂ, ਵੱਡੇ ਵੱਡੇ ਤਰ ਗਏ ਤੇ ਕਦੀ ਸਾਡੀ ਵੀ ਵਾਰੀ ਆ ਜਾਏ। ਰੋਜ਼ ਦਿਨ ਰਾਤ ਇਹੀ ਅਰਦਾਸ ਕਰਨੀ, ਸਤਿਗੁਰੂ ਜੀ ਨੇ ਗੁਰਸਿੱਖ ਨੂੰ ਇਹੀ ਅਰਦਾਸ ਕਰੀ, ਡੁੱਬਦੇ ਪੱਥਰ ਤਾਰੇ, ਇਹ ਸਿਖਾਈ ਹੈ ਅਰਦਾਸ ਜਿਨ੍ਹਾਂ ਦੇ ਹਿਰਦੇ ਪੱਥਰ ਹੋ ਚੁੱਕੇ ਸਨ। ਹਿਰਦੇ ਪੱਥਰ ਉਹ ਵੱਡੇ ਵੱਡੇ ਪੱਥਰ ਦਿਲ ਇਨਸਾਨ ਜਿਹੜੇ ਤਰ ਗਏ, ਕਿਰਪਾ ਕਰੋ, ਬਖਸ਼ਿਸ਼ ਕਰੋ, ਕਿਤੇ ਸਾਡੀ ਵੀ ਵਾਰੀ ਆ ਜਾਵੇ। ਆਓ ਰਲ ਮਿਲ ਕੇ ਸਾਰੇ ਰਤਨਾ ਪਿੱਤਰ ਕਰੋ,
ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਨਿਮਰਤਾ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਉਹ ਡੁੱਬਦੇ ਪੱਤਰਾਂ ਨੂੰ ਤਾਰ ਡੁੱਬਦੇ ਹੀ ਆਖਿਆ ਰਾਤ ਨੂੰ ਰਾਤ ਨਹੀਂ ਆਖਿਆ ਹੁਕਮ ਮੰਨਣ ਵਾਲੇ ਤਾਂ